ਹਾਂਜੀ ਬੀਬੀ ਜੀ, ਕੱਲ੍ਹ ਦੀ ਜਿਹੜੀ ਕਿ ਨਿਊਜ਼ ਚੱਲਦੀ ਪਈ ਕਿ ਵਿਜੀਲੈਂਸ ਰੇਟ ਨੂੰ ਲੈ ਕੇ ਕਿ ਜਿਹੜਾ ਕਿ ਤੁਹਾਡੇ ਘਰ ਦੇ ਉੱਤੇ ਜਿਹੜੀ ਕਿ ਰੇਟ ਕੀਤੀ ਹੈ, ਜਿਹੜੀ ਕਿ ਅਫਵਾਹ ਵੀ ਉੱਡ ਰਹੀ ਆ ਵਾ, ਕੀ ਮਾਮਲਾ ਕੀ ਸਾਰਾ? ਦੇਖੋ, ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਪਹਿਲਾਂ ਹੀ ਮੈਂ ਕਹਿ ਚੁੱਕੀ ਸਾਰਿਆਂ ਨੂੰ ਕਿ ਨਿਰ ਅਧਾਰਿਤ ਬੇਬੁਨਿਆਦ ਝੂਠੀ ਖਬਰ ਕਿਸੇ ਨੇ ਸੋਸ਼ਲ ਮੀਡੀਆ 'ਤੇ ਪਾਤੀ ਹੈ, ਜਿਹਦੇ ਕਰਕੇ ਸਾਰੇ ਚੈਨਲ ਸਾਰੀਆਂ ਅਖਬਾਰਾਂ ਮੈਨੂੰ ਸਵੇਰ ਤੋਂ ਲੈ ਕੇ ਟੈਲੀਫੋਨ ਕਰ ਰਹੀਆਂ। ਔਰ ਮੈਂ ਕਲੀਅਰ ਕੀਤਾ ਕਿ ਸਾਡੇ ਘਰ ਵਿੱਚ, ਮੇਰੀ ਰੈਜੀਡੈਂਸ ਦੇ ਉੱਤੇ ਜਾਂ ਕਿਸੇ ਮੇਰੇ ਅਦਾਰੇ ਵਿੱਚ ਕੋਈ ਵਿਜੀਲੈਂਸ ਦੀ ਨਾ ਰੇਡ ਹੋਈ ਹੈ, ਨਾ ਮੈਨੂੰ ਕੋਈ ਆ ਕੇ ਮਿਲਿਆ, ਨਾ ਕਿਸੇ ਕਿਸਮ ਦੀ ਕੋਈ ਇੱਥੇ ਕਾਰਵਾਈ ਹੋਂਦ ਵਿੱਚ ਆਈ ਹੈ। ਸੋ ਇਸ ਕਰਕੇ ਇਹਨਾਂ ਅਫਵਾਹਾਂ ਤੋਂ ਬਚੋ, ਗਲਤ ਪ੍ਰਚਾਰ ਨਹੀਂ ਕਰਨਾ ਚਾਹੀਦਾ, ਗਲਤ ਖਬਰ ਨਹੀਂ ਦੇਣੀ ਚਾਹੀਦੀ, ਔਰ ਮਾੜੀ ਪੱਤਰਕਾਰੀ ਜਿਹੜੀ ਹੈ ਉਹ ਤੋਂ ਸਾਨੂੰ ਬਚਣਾ ਚਾਹੀਦਾ। ਅਫਵਾਹਾਂ ਤੋਂ ਬਚੋ, ਝੂਠੀਆ ਪ੍ਰਚਾਰ ਕਰਕੇ ਕਿਸੇ ਦਾ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੋ, ਔਰ ਲੋਕਾਂ ਦੇ ਵਿੱਚ ਬੇਚੈਨੀ ਨਾ ਪੈਦਾ ਕਰੋ, ਤਾਂ ਜੋ ਅੱਗੇ ਹੀ ਪੰਜਾਬ ਦੇ ਮਾਹੌਲ ਬੜਾ ਖਰਾਬ ਹੋਇਆ, ਲੋਕ ਡਰਦਿਆਂ ਮਾਰਿਆਂ ਪੰਜਾਬ ਛੱਡ ਕੇ ਨੌਜਵਾਨੀ ਵਿਦੇਸ਼ਾਂ 'ਚ ਜਾ ਰਹੀ ਹੈ, ਔਰ ਅੱਜ ਸਾਰੇ ਪੰਜਾਬ ਦੇ ਲੋਕ ਸਹਿਮ ਦੀ ਹਾਲਾਤ ਵਿੱਚ ਰਹਿ ਰਹੇ ਹੈ। ਇਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਸਾਨੂੰ, ਅਤੇ ਮੈਂ ਸਾਰੇ ਪੱਤਰਕਾਰਾਂ ਨੂੰ ਬੇਨਤੀ ਕਰਦੀ ਹਾਂ ਕਿ ਆਓ ਇਹ ਤਹੀਆ ਕਰੋ ਕਿ ਜਦੋਂ ਵੀ ਕਿਸੇ ਦਾ ਕੋਈ ਕੰਸਰਨ ਖਬਰ ਆਵੇ ਉਹਨੂੰ ਪਹਿਲਾਂ ਜ਼ਰੂਰ ਪੁਸ਼ਟੀ ਕਰਵਾ ਲਿਆ ਕਰੋ, ਪੁੱਛ ਲਿਆ ਕਰੋ। ਅੱਗੇ ਵੀ ਉਹ ਮੈਨੂੰ ਪੁੱਛਦੇ ਹੀ ਹੈ, ਸਾਰੇ ਆਪਣੇ ਵਿਜੀਲੈਂਸ ਡਿਪਾਰਟਮੈਂਟ ਹੈ, ਉਹਨਾਂ ਨੂੰ ਪੁੱਛ ਲੈਣਾ ਚਾਹੀਦਾ। ਸੋ ਇਸ ਕਰਕੇ ਗਲਤ ਅਫਵਾਹ ਵਿੱਚ ਨਹੀਂ ਆਉਣਾ ਚਾਹੀਦਾ, ਸੁਚੇਤ ਰੱਖਣ ਲਈ। ਜੇ ਗੱਲ ਕਰੀਏ ਬੀਬੀ ਜੀ, ਕਿਤੇ 2024 ਦੇ ਇਲੈਕਸ਼ਨ ਨੂੰ ਲੈ ਕੇ ਕਿਤੇ ਨਾ ਕਿਤੇ ਕੋਈ ਸਰਕਾਰਾਂ ਦੀ ਪੋਲਿਸੀ ਤਾਂ? ਚਲੋ ਬੇਟਾ, ਦੇਖੋ 2024 ਦੀ ਹੋਵੇ, 2027 ਦੀ ਹੋਵੇ, ਚੋਣਾਂ ਨਾਲ ਇਹਦਾ ਕੋਈ ਸੰਬੰਧ ਨਹੀਂ ਹੋ ਸਕਦਾ, ਕਿਉਂਕਿ ਜੋ ਮਰਜ਼ੀ ਕੋਈ ਕਰੀ ਜਾਵੇ, ਮਨੁੱਖ ਦੇ ਜੀਵਨ ਦਾ ਹਰ ਵਿਅਕਤੀ ਨੂੰ ਪਤਾ ਹੁੰਦਾ ਹੈ, ਅਤੇ ਸੱਚਾਈ ਸਾਡੇ ਕੋਲ ਹੈ, ਅਸੀਂ ਸੰਸਾਰ ਦੇ ਲੋਕਾਂ 'ਚ ਵਿਚਰਦੇ ਹਾਂ, ਕਦੀ ਕਿਤੇ ਲੋਕੇ ਨਹੀਂ ਰਹੀਦਾ, ਹਰ ਇੱਕ ਨੂੰ ਪਤਾ ਕਿ ਮੈਂ ਕੀ ਹੈ, ਮੇਰੇ ਕੋਲ ਕੀ ਹੈ, ਔਰ ਮੈਂ ਕਿੱਥੇ ਤੱਕ ਲੋਕਾਂ 'ਚ ਵਿਚਰਦੀ ਹੈ, ਇਹ ਸਭ ਨੂੰ ਪਤਾ। ਚੱਕਾ ਲਈ